ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਲੋਕਾਂ ਨੇ, ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾਤਾ ਹੈ। ਢੋਲ ਵਜਾ ਕੇ ਸੜਕ 'ਤੇ ਜਾ ਰਿਹਾ ਹੈ ਵਿਅਕਤੀ, ਕਤਲ ਕੇਸ 'ਚ ਵਾਂਟਡ ਹੈ ਅਤੇ ਹੁਣ ਉਹ ਖੁਦ ਢੋਲ ਵਜਾ ਕੇ ਥਾਣੇ 'ਚ ਆਪਣਾ ਆਤਮ ਸਮਰਪਣ ਕਰਨ ਜਾ ਰਿਹਾ ਹੈ। ਢੋਲ ਦੇ ਡੱਗੇ 'ਤੇ ਹੀ ਉਸਨੇ ਥਾਣੇ 'ਚ ਐਂਟਰੀ ਕੀਤੀ ਹੈ ਅਤੇ ਖੁਦ ਨੂੰ ਪੁਲਿਸ ਦੇ ਹਵਾਲੇ ਕੀਤਾ। ਇਹ ਟੋਲ ਇਸ ਲਈ ਕਿਉਂਕਿ ਇਸ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦਾ ਸੌਦਾ ਲਾ ਦਿੱਤਾ ਹੈ। ਜੀ ਹਾਂ, 2016 'ਚ ਅੰਮ੍ਰਿਤਸਰ ਦੇ ਪਿੰਡ ਰਾਮਦਵਾਲੀ ਮੁਸਲਮਾਨਾਂ 'ਚ ਬੇਅਦਬੀ ਦੀ ਘਟਨਾ ਵਾਪਰੀ ਸੀ। ਘਟਨਾ ਨੂੰ ਤਿੰਨ ਵਿਅਕਤੀਆਂ ਨੇ ਅੰਜਾਮ ਦਿੱਤਾ ਸੀ, ਜਿਸ ਨੂੰ ਬਾਅਦ 'ਚ ਸਰਬਜੀਤ ਸਿੰਘ ਨੇ ਗੁੱਟ ਵੱਢ ਕੇ ਸੌਦਾ ਲਾ ਦਿੱਤਾ ਹੈ ਅਤੇ ਹੁਣ ਸਰਬਜੀਤ ਸਿੰਘ ਉਸੇ ਕੇਸ 'ਚ ਪੁਲਿਸ ਨੂੰ ਆਪਣਾ ਆਤਮ ਸਮਰਪਣ ਕਰਨਾ ਹੈ। ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਰਾਮਦਵਾਲੀ ਮੁਸਲਮਾਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਲੋਕਾਂ ਨੇ, ਅਤੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾਤਾ ਹੈ ਉਹਨਾਂ ਨੂੰ, ਅਤੇ ਉਹਦੇ ਵਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣਾ ਆਇਆ ਜੀ। ਤੁਸੀਂ ਆਪ ਅਰੈਸਟ ਹੋਣ ਆਏ ਜੀ? ਨਹੀਂ, ਮੈਂ ਆਪ ਹੀ ਆਇਆ ਜੀ। ਹਾਂਜੀ, ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ? ਛਾਪੇਮਾਰੀ ਕੀ ਕਰਨੀ ਸੀ, ਮੇਰੇ ਵਰੰਟ ਹੋਏ ਸੀ ਅਤੇ ਮੈਂ ਆਪ ਪੇਸ਼ ਹੋਣਾ ਆਇਆ ਜੀ। ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਸਰੈਂਡਰ ਕਰਨ ਦੇ ਬਾਵਜੂਦ ਵੀ ਸਰਬਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ। ਕੁਛ ਨੀ, ਮਨ ਚ ਕੀ ਆਉਣਾ, ਮੈਂ ਆਪਣੇ ਗੁਰੂ ਲਈ ਜਾ ਰਿਹਾ ਜੀ ਅੰਦਰ। ਠੀਕ ਹੈ, ਜਾਣਕਾਰੀ ਮੁਤਾਬਕ ਪੁਲਿਸ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਸੀ ਅਤੇ ਸਰਬਜੀਤ ਸਿੰਘ ਪਹਿਲਾਂ ਤੋਂ ਹੀ ਜੇਲ੍ਹ ਦੇ ਅੰਦਰ ਕਿਸੇ ਹੋਰ ਕੇਸ 'ਚ ਸਜ਼ਾ ਕੱਟ ਰਿਹਾ ਸੀ ਅਤੇ ਉਸ ਨੂੰ ਜਦੋਂ ਬੇਅਦਬੀ ਦੇ ਦੋਸ਼ੀਆਂ ਬਾਰੇ ਜੇਲ੍ਹ 'ਚ ਹੋਣ ਦਾ ਪਤਾ ਲੱਗਿਆ ਤਾਂ 2018 'ਚ ਉਸਨੇ ਤਿੰਨੋਂ ਦੋਸ਼ੀਆਂ ਨੂੰ ਜੇਲ੍ਹ ਦੇ ਅੰਦਰ ਹੀ ਸਦਾ ਦੀ ਨੀਂਦ ਸੁਲਾ ਦਿੱਤਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ ਟੀਵੀ।